ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ, ਮੈਂ ਤਰਨਜੀਤ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਵੱਡੀ ਖਬਰ ਤੁਹਾਨੂੰ ਦੱਸਦੇ ਹਾਂ, ਪਾਕਿਸਤਾਨ ਤੋਂ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ। ਇੱਕ ਕੁੜੀ ਨੂੰ ਜਬਰਨ ਧਰਮ ਪਰਿਵਰਤਨ ਕਰਨ ਦੇ ਲਈ ਕਿਹਾ ਗਿਆ ਸੀ। ਕੁੜੀ ਨੂੰ ਅਗਵਾ ਕਰਨ ਦਾ ਮਾਮਲਾ, ਨਨਕਾਣਾ ਸਾਹਿਬ ਤੋਂ ਸਿੱਖ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ, ਪਰਿਵਾਰਕ ਮੈਂਬਰਾਂ ਨੇ ਪਾਕ PM ਨੂੰ ਮਦਦ ਦੀ ਅਪੀਲ ਕੀਤੀ ਹੈ। ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਹੈ ਜਗਜੀਤ ਕੌਰ ਦੇ ਧਰਮ ਪਰਿਵਰਤਨ ਦਾ ਇਲਜ਼ਾਮ। 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕਰਨਲ ਗੋਬਿੰਦ ਸਿੰਘ ਲੌਂਗੋਵਾਲ ਜੀ ਜੁੜ ਗਏ ਨੇ। ਸਰ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਨਨਕਾਣਾ ਸਾਹਿਬ ਤੋਂ ਮਾਮਲਾ ਸਾਹਮਣੇ ਆਇਆ, ਜਬਰਨ ਵਿਆਹ ਕੀਤਾ ਗਿਆ ਹੈ, ਧਰਮ ਪਰਿਵਰਤਨ ਦਾ ਮਾਮਲਾ, ਕੀ ਕੁਝ ਕਹਿਣਾ ਚਾਹੋਗੇ ਇਸ ਤੇ? ਸੋ ਸਰ, ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਨਾਲ ਸਾਰੇ ਸਿੱਖ ਹਿਰਦਿਆਂ ਨੂੰ ਬੜਾ ਵੱਡਾ ਦੁੱਖ ਹੋਇਆ ਹੈ। ਔਰ ਜਿਸ ਧਰਮ ਦੇ ਮਹਾਨ ਗੁਰੂ ਨੌਵੇਂ ਪਾਤਸ਼ਾਹ ਨੇ ਧਰਮ ਪਰਿਵਰਤਨ ਦੇ ਲਈ ਐਡੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ, ਐਡਾ ਵੱਡਾ ਸਾਡਾ ਇਤਿਹਾਸ ਹੈ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਤੰਬੂ ਸਾਹਿਬ ਦੇ ਜੋ ਗ੍ਰੰਥੀ ਹੈ ਔਰ ਉਹਦੀ ਬੇਟੀ ਨੂੰ ਧਰਮ ਪਰਿਵਰਤਨ ਕਰਨ ਵਾਸਤੇ ਕੁਝ ਬੰਦਿਆਂ ਨੇ ਮਜਬੂਰ ਕੀਤਾ ਗਿਆ ਹੈ। ਇਹ ਘਟਨਾ ਦਾ ਸਾਰੇ ਹੀ ਸੰਸਾਰ ਦੇ ਵਿੱਚ ਬਹੁਤ ਵੱਡਾ ਦੁੱਖ ਹੋਇਆ ਹੈ, ਜਿਸ ਕਿਸੇ ਨੂੰ ਵੀ ਪਤਾ ਲੱਗਿਆ ਇਸ ਮੰਦਭਾਗੀ ਘਟਨਾ ਦਾ। ਸੋ ਮੈਂ ਸਮਝਦਾ ਸਾਨੂੰ ਬਹੁਤ ਵੱਡਾ ਦੁੱਖ ਹੋਇਆ। ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਪਾਕਿਸਤਾਨ ਨੂੰ ਸਰਕਾਰ ਨੂੰ ਵੀ ਅਸੀਂ ਕਹਾਂਗੇ ਕਿ ਇੰਨੀਆਂ ਮਾੜੀਆਂ ਘਟਨਾਵਾਂ ਤੇ ਉਹਨਾਂ ਨੂੰ ਔਰ ਬੰਦ ਹੋਣੀਆਂ ਚਾਹੀਦੀਆਂ ਨੇ। ਤੇ ਇੱਥੋਂ ਭਾਰਤ ਸਰਕਾਰ ਦੇ ਅਸੀਂ ਵਿਦੇਸ਼ ਮੰਤਰਾਲੇ ਨੂੰ ਵੀ ਇਹ ਗੱਲ ਅਸੀਂ ਚਿੱਠੀ ਵੀ ਲਿਖਾਂਗੇ, ਉਹਨਾਂ ਨੂੰ ਕਰਾਂਗੇ ਵੀ ਇਹਨਾਂ ਸਖਤੀ ਤੌਰ ਤੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਕਿ ਇਸ ਤਰ੍ਹਾਂ ਦੀਆਂ ਜਿਹੜੇ ਘੱਟ ਗਿਣਤੀਆਂ ਦੇ ਜੁਰਮ ਹੋ ਰਹੇ ਨੇ, ਉਹਨਾਂ ਦੀਆਂ ਬੇਟੀਆਂ ਦੇ ਉੱਤੇ ਐਡਾ ਵੱਡਾ ਜੁਰਮ ਹੋ ਰਹੇ ਨੇ, ਇਹਨੂੰ ਨੱਥ ਪਾਉਣੀ ਚਾਹੀਦੀ ਹੈ। ਤੇ ਉਹਨਾਂ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜੇ ਉੱਥੋਂ ਦੀ ਘੱਟ ਗਿਣਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਤੁਸੀਂ ਇਹ ਅੱਜ ਦੇਖਿਆ ਕਿ ਉੱਥੋਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਸਿੱਖ ਨੇ ਉਹਨਾਂ ਨੇ ਧਰਨਾ ਵੀ ਜਿਹੜਾ ਥਾਣੇ ਵਿੱਚ ਜਾ ਕੇ ਦਿੱਤਾ ਹੈਗਾ। ਸੋ ਮੈਂ ਸਮਝਦਾ ਕਿ ਇਹ ਘਟਨਾਵਾਂ ਨੂੰ ਉਹ ਸਰਕਾਰ ਨੂੰ ਚਾਹੀਦਾ ਕਿ ਨੱਥ ਪਾਵੇ, ਇਹਨੂੰ ਇੰਟਰਨੈਸ਼ਨਲ ਪੱਧਰ ਤੇ ਸਾਰੇ ਸਿੱਖ ਨੇ ਜਿਹੜੇ ਇਸ ਗੱਲ ਦੀ ਔਰ ਬਹੁਤ ਘਿਨਾਉਣੀ ਨਿਖੇਧੀ ਕੀਤੀ ਹੈ, ਇਹਨੂੰ UN ਵਿੱਚ ਵੀ ਲਿਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਜੀ ਲੌਂਗੋਵਾਲ ਜੀ, ਪਹਿਲਾਂ ਹਿੰਦੂ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਹੁਣ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਕੀ ਕਹੋਗੇ ਇਸ ਤੇ? ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਆ ਰਹੀਆਂ ਨੇ ਵਾਰ ਵਾਰ, ਕਿਤੇ ਹਿੰਦੂਆਂ ਦੇ ਆ ਰਹੇ ਨੇ, ਕਿਤੇ ਸਿੱਖਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਮਾਰਿਆ ਜਾ ਰਿਹਾ। ਉੱਥੇ ਕਈ ਥਾਂ ਪਹਿਲਾਂ ਘਟਨਾਵਾਂ ਆਈਆਂ, ਅੱਜ ਇਹ ਘਟਨਾ ਆ ਗਈ ਕਿ ਸਾਡੀਆਂ ਬੱਚੀਆਂ ਨੂੰ, ਨੌਜਵਾਨ ਬੱਚੀਆਂ ਨੂੰ ਬਖਲਾ ਕਰਕੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਮੁਸਲਮਾਨ ਧਰਮ ਦੇ ਪਰਿਵਰਤਨ ਹੋਣ। ਇਹ ਇਹਨੂੰ ਇੰਟਰਨੈਸ਼ਨਲ ਪੱਧਰ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮੁੱਦੇ ਨੂੰ ਉਠਾਈਏ। ਜੀ, ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਲੌਂਗੋਵਾਲ ਜੀ। ਇਹ ਤੁਹਾਨੂੰ ਦੱਸ ਦਈਏ ਕਿ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਉੱਥੇ ਹੀ ਪਾਕ PM ਨੂੰ ਵੀ ਅਪੀਲ ਕੀਤੀ ਗਈ ਹੈ। ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦਾ ਇਹ ਮਾਮਲਾ, ਜਿੱਥੇ ਸਿੱਖ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ, ਧਰਮ ਪਰਿਵਰਤਨ ਦਾ ਇਹ ਮਾਮਲਾ, ਪਰਿਵਾਰਕ ਮੈਂਬਰਾਂ ਨੇ ਪਾਕ PM ਨੂੰ ਮਦਦ ਦੀ ਅਪੀਲ ਕੀਤੀ ਹੈ। ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਹੈ ਜਗਜੀਤ। ਕੱਲ੍ਹ ਲੜਕੀ ਆਵਾਂਗੇ ਜੀ,
ਉਹ ਮੇਰੀ ਸਿਸਟਰ ਹੈ ਜਗਜੀਤ ਕੌਰ, ਉਸਕੋ ਕੱਲ ਜ਼ਬਰਦਸਤੀਆ ਵਾ ਕੇ ਥੇ ਤੇ ਉਸਕੋ ਧਮਕੀਆਂ ਦੇ ਥੇ, ਅਗਰ ਆਪ ਇਸਲਾਮ ਕਬੂਲ ਨਹੀਂ ਕਰੋਗੇ ਤੇ ਆਪਕੇ ਪਾਪਾ ਔਰ ਆਪਕੇ ਭਾਈ ਕੋ ਦੋਨੋਂ ਕੋ ਗੋਲੀ ਮਾਰ ਦੂੰਗਾ। ਕੱਲ ਉਸਕੋ ਜ਼ਬਰਦਸਤੀ ਇਸਲਾਮ ਵੀ ਕਬੂਲ ਕਰ ਲਿਆ ਤੇ ਮੇਰਾ ਇਮਰਾਨ ਖਾਨ ਸੇ ਤੇ ਚੀਫ ਆਰਮੀ ਕਮਰ ਜਵੇਦ ਬਾਜਵਾ ਸੇ ਅਪੀਲ ਹੈ ਕਿ ਹਮਾਰੀ ਮਦਦ ਕਰੇ ਜੀ, ਵਾਪਸ ਲੈ ਕੇ ਆਏ ਠੀਕ ਹੈ। ਤੇ ਕੱਲ ਐਸਾ ਨਾ ਹੋ ਕਿ ਕੱਲ ਕੋਰੀਡੋਰ ਪੇ ਯਾ ਕਸ਼ਮੀਰੀ ਪੇ ਐਸਾ ਕੋਈ ਬਾਤ ਆ ਜਾਏ। ਗੁਰੂ ਘਰ ਕੇ ਗਲਤੀ ਹੈ, ਮੈਂ ਨਨਕਾਣਾ ਸਾਹਿਬ ਕਾ ਰਿਹਾਇਸ਼ੀ ਹੂੰ। ਕੱਲ ਰਾਤ ਕੋ ਹਮਾਰੇ ਪਰਿਵਾਰ ਕੇ ਸਾਥ ਏਕ ਬਹੁਤ ਦਰਦਨਾਕ ਵਾਕਿਆ ਹੁਆ ਹੈ। ਕੁਛ ਗੁੰਡੇ ਰਾਤ ਕੋ ਹਮਾਰੇ ਘਰ ਪੇ ਆਏ, ਉਹਨਾਂ ਹਮਾਰੀ ਛੋਟੀ ਬਹਿਨ ਕੋ ਰਸੀਟ ਕੇ ਲੈ ਗਏ ਔਰ ਉਨਕੋ ਜ਼ਬਰਦਸਤੀ ਟੋਰਚਰ ਕਰਕੇ ਇਸਲਾਮ ਕਬੂਲ ਕਰਵਾਇਆ। ਸੁਬਹਾ ਹਮ ਥਾਣੇ ਚਲੇ ਗਏ ਔਰ ਹਮਨੇ FIR ਕਟਵਾਇਆ, SHO ਕੇ ਪਾਸ ਚਲੇ ਗਏ, DCO ਕੇ ਪਾਸ, ਪਰ ਕਿਸੇ ਨੇ ਹਮੇ ਇਨਸਾਫ਼ ਨਹੀਂ ਦਿਲਾਇਆ, ਕਿਸੇ ਨੇ ਹਮਾਰੀ ਬਾਤ ਨਹੀਂ ਸੁਣੀ। ਉਸਕੇ ਬਾਅਦ ਜਬ ਹਮ ਵਾਪਸ ਘਰ ਆਏ ਤੋ ਕੁਛ ਦੇਰ ਪਹਿਲੇ ਵੋ ਹੀ ਲੋਕ ਦੁਬਾਰਾ ਆਏ ਔਰ ਉਹਨੇ ਹਮੇ ਧਮਕੀ ਦੀ, ਅਗਰ ਆਪ ਲੋਗੋ ਨੇ FIR ਵਾਪਸ ਨਾ ਲਿਆ ਤੋ ਆਪ ਲੋਗੋ ਕੋ ਵੀ ਮੁਸਲਮਾਨ ਹੋਣਾ ਪੜੇਗਾ, ਅਗਰ ਆਪ ਲੋਗੋ ਨੇ ਯਹਾਂ ਰਹਿਣਾ ਹੈ ਤੋ। ਮੇਰੀ PM ਇਮਰਾਨ ਖਾਨ ਔਰ ਚੀਫ ਜਸਟਿਸ ਸੇ ਅਪੀਲ ਹੈ, ਗੁਜ਼ਾਰਿਸ਼ ਹੈ ਕਿ ਵੋ ਹਮੇ ਇਨਸਾਫ਼ ਕਰੇ, ਹਮਾਰੇ ਸਾਥ ਇਨਸਾਫ਼ ਕਰੇ, ਹਮੇ ਤਹਫ਼ੁਜ਼ ਮੇ ਰੱਖੇ, ਜੋ ਹਮੇ ਧਮਕੀਆਂ ਦੀ ਜਾ ਰਹੀ ਹੈ ਹਮੇ ਆਗੇ ਵੀ ਤਹਫ਼ੁਜ਼ ਮੇ ਰੱਖਾ ਜਾਏ। ਅਗਰ ਐਸਾ ਨਾ ਕੀਆ ਗਿਆ ਔਰ ਮੈਂ 31 ਤਰੀਕ ਕੋ ਗਵਰਨਰ ਹਾਊਸ ਕੇ ਆਗੇ ਸਾਹਮਣੇ ਪੂਰੇ ਪਰਿਵਾਰ ਕੇ ਸਾਥ ਖੁਦ ਕੋ ਜਲਾ ਦੂੰਗਾ। ਔਰ ਮੇਰੀ ਇੱਕ ਬਾਤ ਔਰ ਕਿ ਹਮਾਰੀ ਬਹਿਨ ਕੋ ਹਮੇ ਖੁਦ ਲਾਜ਼ਮੀ ਚਾਹੀਏ। ਬੇਟੀ ਜਗਜੀਤ ਕੌਰ ਜੋ ਕਿ ਵਹਾਂ ਕੇ ਗ੍ਰੰਥੀ ਭਗਵਾਨ ਸਿੰਘ ਕੀ ਬੇਟੀ ਹੈ, ਉਸਕੋ ਫੋਰਸਫੁਲੀ ਧਰਮ ਪਰਿਵਰਤਨ ਕੇ ਲੀਏ ਮਜਬੂਰ ਕੀਆ ਗਿਆ, ਉਸਕਾ ਜਬਰਨ ਨਿਕਾਹ ਕੀਆ ਗਿਆ। ਉਸਕੀ ਵੀਡੀਓ ਵੀ ਮੈਨੇ ਆਪਣੇ ਟਵਿੱਟਰ ਪੇ ਸ਼ੇਅਰ ਕੀ ਹੈ, ਜਿਸਮੇ ਉਸਕੋ ਜਬਰਨ ਸ਼ਾਦੀ ਕਰਤੇ ਹੋਏ ਦਿਖਾਇਆ ਜਾਤਾ ਹੈ ਔਰ ਕਿਸ ਤਰ੍ਹਾਂ ਸੇ ਡਰੀ ਹੋਈ ਸਹਿਮੀ ਹੋਈ ਹੈ। ਮੈਂ ਪਾਕਿਸਤਾਨ ਕੇ ਪ੍ਰਧਾਨ ਮੰਤਰੀ ਸੇ ਵੀ ਆਗ੍ਰਹਿ ਕਰਤਾ ਹੂੰ, ਅਪੀਲ ਕਰਤਾ ਹੂੰ ਔਰ ਦੁਨੀਆ ਭਰ ਮੇਂ ਬਸਤੇ ਸਿੱਖੋਂ ਸੇ ਅਪੀਲ ਕਰਤਾ ਹੂੰ, ਇਸ ਮੁੱਦੇ ਕੋ ਜ਼ੋਰਦਾਰ ਤਰੀਕੇ ਸੇ ਉਠਾਏ।